ਅੱਜ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਨਹੀਂ ਬਲਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਪਹੁੰਚੇ ਨੇ ਜੀ ਲਾਰੈਂਸ ਰੋਡ। ਤੁਸੀਂ ਸੋਚ ਰਹੇ ਹੋਗੇ ਕਿ ਲਾਰੈਂਸ ਰੋਡ ਦੇ ਵਿੱਚ ਅੱਜ ਅਜਿਹਾ ਕੀ ਹੈ। ਹਾਂਜੀ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਫਾਈਨ ਆਰਟ ਡਿਪਾਰਟਮੈਂਟ ਦੇ ਸਟੂਡੈਂਟਸ ਵੱਲੋਂ ਕੇਟੀ ਕਲਾ ਲਾਰੈਂਸ ਰੋਡ ਵਿਖੇ ਲਗਾਈ ਗਈ ਹੈ ਜੀ ਪੇਂਟਿੰਗ ਐਗਜੀਬਿਸ਼ਨ। ਇਹ ਪੇਂਟਿੰਗ ਐਗਜੀਬਿਸ਼ਨ 3 ਦਿਨ ਚੱਲੂਗੀ, ਯਾਨੀ 11, 12 ਤੇ 13 ਮਾਰਚ। ਸਮਾਂ ਹੋਏਗਾ ਜੀ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ। ਅੱਜ ਯਾਨੀ 11 ਮਾਰਚ ਨੂੰ ਹੈਗੀ ਹੈ ਜੀ ਇਨੋਗਰੇਸ਼ਨ ਸੈਰੇਮਨੀ। ਸੋ ਲੈ ਕੇ ਚੱਲਦੇ ਹਾਂ ਤੁਹਾਨੂੰ ਇਸ ਸੈਰੇਮਨੀ। कौसा मीन्स है के ए यूएसए कश्मीर एंड यूनाइटेड स्टेट्स ऑफ अमेरिका।
ਤੋਂ ਸਾਡੇ ਚੇਅਰਮੈਨ ਸਾਹਿਬ ਨੇ ਸ਼੍ਰੀ ਰਵੀ ਰਾਜਨ ਸਾਹਿਬ ਉਹ ਕਸ਼ਮੀਰੀ ਨੇ ਔਰ 50-60 ਸਾਲ ਹੋ ਗਏ ਜੀ ਉਹ ਅਮਰੀਕਾ ਚ ਰਹਿ ਰਹੇ ਨੇ ਇੱਕ ਤਰ੍ਹਾਂ ਦੇ ਵਨ ਮੈਨ ਸ਼ੋਅ ਹੀ ਉਹਨਾਂ ਨੇ ਆਪਣੇ ਲਾਈਕ ਮਾਈਂਡਡ ਸੱਜਣਾਂ ਦੇ ਨਾਲ 8 ਮੈਂਬਰਾਂ ਨੂੰ ਲੈ ਕੇ ਜੋੜ ਬਣਾਇਆ ਔਰ ਇੱਕ ਕੇਡੀ ਕਲਾ ਦੀ ਇੰਟਾਇਰ ਬਿਲਡਿੰਗ ਕਰੋੜਾਂ ਚ ਉਹਨਾਂ ਨੇ ਪਰਚੇਸ ਕੀਤੀ ਹੋਈ ਔਰ ਇਹ ਸਾਰਾ ਕੁਛ ਆਰਟਿਸਟਾਂ ਲਈ ਹੈ ਔਰ 100% ਫ੍ਰੀ ਹੋ ਚਾਹ ਅਸੀਂ 2011 ਤੋਂ ਆਨਵਰਡ ਕੰਮ ਕਰ ਰਹੇ ਹਾਂ 200 ਤੋਂ ਜ਼ਿਆਦਾ ਐਗਜੀਬਿਸ਼ਨ ਵਰਕਸ਼ਾਪ ਪੇਂਟਿੰਗ ਕੰਪੀਟੀਸ਼ਨ ਕਰ ਚੁੱਕੇ ਹਾਂ ਲੇਕਿਨ ਵੀ ਡੂ ਨਾਟ ਚਾਰਜ ਸਿੰਗਲ ਬੈਂਕਿੰਗ ਇੱਕ ਵੱਡੀ ਗੱਲ ਹੈ ਆਹ ਸਾਰਾ ਦਾ ਸਾਰਾ ਖਰਚਾ ਜਿਹੜਾ ਹੈ ਉਹ ਵਨ ਮੈਨ ਆਰਮੀ ਸਾਡੇ ਰਵੀ ਲਾਲ ਸਾਹਿਬ ਆਪਣੀ ਜੇਬ 'ਚ ਕਰ ਰਹੇ ਔਰ ਮਤਲਬ ਹਜ਼ਾਰਾਂ ਲੱਖਾਂ 'ਚ ਨਹੀਂ ਕਰੋੜਾਂ 'ਚ ਹੁਣ ਤੱਕ 15-20 ਕਰੋੜ ਰੁਪਏ ਆਪਣੀ ਜੇਬ 'ਚੋਂ ਇਸ ਇੰਸਟੀਟਿਊਸ਼ਨ ਨੂੰ ਦੇ ਚੁੱਕੇ ਉਹ ਬੜੀ ਵੱਡੀ ਗੱਲ ਹੈ ਸਾਰੇ ਹੀ ਸਤਿਕਾਰਤ ਮਹਿਮਾਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਸ਼ੁਕਰਗੁਜ਼ਾਰ ਹਾਂ ਰੱਬ ਦੀ ਕਿ ਅਸੀਂ ਖਾਲਸਾ ਕਾਲਜ ਵਿੱਚ ਪੜ੍ਹਾਉਂਦੇ ਹਾਂ ਅਤੇ ਸਾਡੇ ਵਿਦਿਆਰਥੀ ਜਿਹੜੇ ਕਿ ਇੰਨੇ ਜ਼ਹੀਨ ਨੇ ਔਰ ਇੱਥੇ ਉਹਨਾਂ ਦੀਆਂ ਸਾਰੀਆਂ ਕਲਾਕ੍ਰਿਤੀਆਂ ਜਿਹੜੀਆਂ ਹਨ ਲੱਗੀਆਂ ਨੇ ਅਤੇ ਮੈਂ ਕੇਟੀ ਕਲਾ ਮੰਚ ਦੀ ਵੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਇੱਥੇ ਵੱਖ ਵੱਖ ਲੋਕ ਆ ਕੇ ਸਾਡੇ ਬੱਚਿਆਂ ਦੀ ਇਸ ਪ੍ਰਦਰਸ਼ਨੀ ਨੂੰ ਦੇਖਣਗੇ ਅਤੇ ਉਹਨਾਂ ਦਾ ਉਤਸ਼ਾਹ ਵਧੇਗਾ ਅਤੇ ਮੈਂ ਧੰਨਵਾਦ ਕਰਦੀ ਹਾਂ ਇਸ ਸਭ ਲਈ ਸਾਡੇ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਦੀ ਯੋਗ ਅਗਵਾਹੀ ਵਿੱਚ ਅਸੀਂ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਅਤੇ ਸਫਲਤਾਪੂਰਵਕ ਨਿਭਾਉਂਦੇ ਹਾਂ ਧੰਨਵਾਦ ਥੈਂਕ ਯੂ ਮੈਮ ਸਾਡੇ ਸ਼ਹਿਰ ਦੀਆਂ ਬਹੁਤ ਜਾਣੀਆਂ ਮਾਣੀਆਂ ਹਸਤੀਆਂ ਜਿਹਦੇ ਕਿ ਪੇਂਟਿੰਗ ਦੇ ਵਿੱਚ ਬੜਾ ਵੱਡਾ ਨਾਮ ਹੈ ਮੈਡਮ ਮਾਲਾ ਚਾਵਲਾ ਜੀ ਮੈਡਮ ਬਿੰਦੂ ਸੁਖੀਰ ਜੀ ਮੈਡਮ ਰਵਿੰਦਰ ਢਿੱਲੋਂ ਜੀ ਸਰਦਾਰ ਨਰਿੰਦਰ ਸਿੰਘ ਹਮੇਪੁਰਾ ਸਕੱਤਰ ਦੇ ਵਿੱਚ ਧਮਾਲ ਬਾਈ ਪੂਰੇ ਸ਼ਹਿਰ ਦੇ ਸ਼੍ਰੀ ਗੁਲਸ਼ਨ ਸਰਦਾਰਾ ਜੀ ਕਰਨਲ ਸਾਹਿਬ ਅਤੇ ਬਾਕੀ ਸਾਡੇ ਸਾਥੀ ਸਹਿਗਲ ਸਾਹਿਬ ਸਾਰਿਆਂ ਦਾ ਨਾਮ ਤਾਂ ਨਹੀਂ ਲੈ ਪਾ ਰਿਹਾ ਡੀ ਪੀ ਐੱਸ ਦੇ ਟੀਚਰ ਤੁਹਾਡੇ ਸਰ ਸਟੂਡੈਂਟ ਨੇ ਕੁਲਦੀਪ ਸਿੰਘ ਜੀ ਕੱਲ੍ਹ ਡੀ ਪੀ ਐੱਸ ਦੇ ਟੀਚਰ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਸੋ ਸਾਰਿਆਂ ਦਾ ਇੱਕ ਨਿੱਘਾ ਸਵਾਗਤ ਸਹੀ ਕਿਹਾ ਮੈਨੇ ਰਿਕੁਐਸਟ ਕੀਤੀ ਸੀ ਕਿ ਅੱਜ ਮੇਰੇ ਕੋਲ ਬੋਲਣ ਕੇ ਲਈ ਨਹੀਂ ਬੋਲ ਰਿਹਾ ਰੀਜ਼ਨ ਬੀਂਗ ਕਿ ਮੈਂ ਕੱਲ੍ਹ ਰਾਤ ਕੋ 5-6 ਘੰਟੇ ਪੂਜਾ ਮੈਂ ਬੈਠਾ ਥਾ ਉਹ ਸ਼ਿਵਰਾਤਰੀ ਕਾ ਸਾਰਾ ਧੂੰਆਂ ਵਗੈਰਾ ਬਟ ਸਟਿਲ ਅੱਜ ਯਹਾਂ ਆ ਕੇ ਆਈ ਐਮ ਫੀਲਿੰਗ ਸੋ ਮਚ ਐਨਰਜਾਈਜ਼ਡ ਔਰ ਇਤਨੇ ਕਲਰਸ ਕੰਬੀਨੇਸ਼ਨਸ ਆਈਡੀਅਲ ਥਾਟਸ ਦੇਖ ਕੇ ਰੀਅਲੀ ਵੀ ਆਰ ਫੀਲਿੰਗ ਗ੍ਰੇਟ ਯਹਾਂ ਆ ਕੇ ਥੈਂਕਸ ਟੂ ਦ ਡਿਪਾਰਟਮੈਂਟ ਆਫ ਫਾਈਨ ਆਰਟਸ ਖਾਲਸਾ ਕਾਲਜ ਅੰਮ੍ਰਿਤਸਰ ਜਿਨ੍ਹਾਂ ਨੇ ਕੇਡੀ ਕਲਾ ਮੈਂ ਆ ਕੇ ਇਤਨਾ ਸ਼ਾਨਦਾਰ ਪ੍ਰਦਰਸ਼ਨ ਅੱਜ ਹਮ ਆਪਣੇ ਆਰਟ ਕਾ ਦਿਖਾਇਆ ਆਈ ਐਮ ਸੋ ਥੈਂਕਫੁਲ ਟੂ ਯੂ ਐਂਡ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਆਪਣਾ ਟਾਈਮ ਨਿਕਾਲ ਕੇ ਹਮਾਰੇ ਬੀਚ ਮੈਂ ਆਇਆ ਥੈਂਕ ਯੂ ਐਵਰੀਬਡੀ ਐਂਡ ਵਿਸ਼ ਯੂ ਆਲ ਦਾ ਬੈਸਟ ਫੋਰ ਯੂਰ ਫਿਊਚਰ ਐਂਡ ਯੂਅਰਸ ਪੇਂਟਿੰਗਸ ਦੇਖ ਕੇ ਲੱਗਦਾ ਹੈ ਕਿ ਅੰਮ੍ਰਿਤਸਰ ਇਜ਼ ਫੁੱਲ ਆਫ ਆਰਟ ਪ੍ਰਿੰਸੀਪਲ ਸਾਹਿਬ ਸੈਕਟਰੀ ਸਾਹਿਬ ਰੇਡੋ ਸਾਹਿਬ ਜੋ ਵੀ ਅਤੇ ਅੱਜ ਮੇਰੇ ਸਾਰੇ ਮੇਰੇ ਕਲੀਗਸ ਸਾਡੇ ਗੈਸਟ ਅਤੇ ਸ਼ਹਿਰ ਦੀਆਂ ਮੰਨੇ ਪ੍ਰਮੰਨੇ ਆਟੇ ਸੀ ਅਤੇ ਅੱਜ ਮੈਨੂੰ ਤੁਸੀਂ ਕਲੀਅਰ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਉਸ ਬੰਦੇ ਦੀ ਐਫਰਟ 'ਤੇ ਕਿ ਜਿਹਨੇ ਐਡੀ ਦੂਰ ਬੈਠ ਕੇ ਸਾਡੇ ਕਾਲਜ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਖਾਲਸਾ ਗਲੋਬਲ ਰੀਚ ਟਰੱਸਟ ਹੈ ਇੱਕ ਬੰਦੇ ਦਾ ਉਹਨਾਂ ਨੇ ਉਹ ਸਾਡੇ ਐਲੂਮਨਾਈ ਰਹੇ ਜੀ ਉਹਨਾਂ ਨੇ ਸਾਨੂੰ ਲਗਭਗ 12 ਕਰੋੜ ਸਰ 12 ਕਰੋੜ ਦੇ ਕਰੀਬ ਪੈਸਾ ਭੇਜਿਆ ਔਰ ਇਹ ਸਾਰਾ ਸਾਡੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਜੀ ਦੀ ਸਹਿਯੋਗ ਅਗਵਾਈ ਹੈ ਕਿ ਉਹਨਾਂ ਨੇ ਇੰਨਾ ਵਿਸ਼ਵਾਸ ਸਾਡੀ ਸੰਸਥਾ 'ਤੇ ਕੀਤਾ ਕਿ ਅਸੀਂ ਉਹਦੇ ਵਿੱਚੋਂ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਪੂਰਾ ਦਾ ਪੂਰਾ 5 ਮੰਜ਼ਿਲਾ ਉਹ ਕ੍ਰੀਏਟ ਕੀਤਾ ਔਰ ਉਸ ਤੋਂ ਇਲਾਵਾ ਉਹਨਾਂ ਦੇ ਉਹਦੇ ਬੇਸ ਦੇ ਉੱਤੇ ਅਸੀਂ ਖਾਲਸਾ ਗਲੋਬਲ ਰੀਚ ਸਕਾਲਰਸ਼ਿਪ ਚਲਾ ਰਹੇ ਹਾਂ ਉਹਦੇ ਵਿਆਜ ਦੇ ਆਧਾਰ 'ਤੇ ਜਿਹਦੇ ਵਿੱਚ ਐਤਕੀ ਅਸੀਂ 130 ਬੱਚਿਆਂ ਨੂੰ ਉਹਨਾਂ ਦੀ ਫੀਸ ਦੇ ਵਿੱਚ ਪੈਸੇ ਉਸ ਫੰਡ ਦੇ ਵਿੱਚੋਂ ਪਾਏ ਨੇ ਤੋ ਇਹੋ ਜਿਹੇ ਬੰਦੇ ਇਹ ਰੱਬ ਦੇ ਦੂਤ ਹੁੰਦੇ ਨੇ ਇਹ ਸਹੀ ਅਰਥਾਂ ਦੇ ਵਿੱਚ ਜਿਵੇਂ ਗਾਂਧੀ ਜੀ ਕਹਿੰਦੇ ਨਾ ਵੀ ਤੁਹਾਡੀ ਦੌਲਤ ਦੇ ਤੁਸੀਂ ਟਰੱਸਟੀ ਹੋ ਮਾਲਕ ਨਹੀਂ ਹੋ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਸਾਨੂੰ ਜੋ ਈਸ਼ਵਰ ਦਿੰਦਾ ਹੈ ਚਾਹੇ ਉਹ ਟੈਲੈਂਟ ਹੈ ਅਤੇ ਚਾਹੇ ਉਹ ਪੈਸਾ ਹੈ ਉਹ ਸਾਰਾ ਅਸੀਂ ਜੇ ਸਹੀ ਇਸਤੇਮਾਲ ਕਰ ਸਕਦੇ ਹਾਂ ਤਾਂ ਉਹ ਆਪਣੇ
हमसाया दे अपने ह्यूमैनिटी दे विच जिथे जिहड़ा लोड़वंद है उन्होंने लिए कर सकते हैं। और मैं अच्छा ये लग रहा है कि असी इत्थे आए हैं तो असी उस बंदे दियां इन वधिया एफर्ट्स नूं एक अपने संस्था वालों असी एक तरह की रिकग्निशन दी है कि हाँ असी इत्थे फिर भी आया करांगे, असी वर्कशॉप भी लगाया करांगे ताकि उस बंदे आपां इही रिस्पैक्ट पे कर सकते हैं, होर साढ़े कोल मतलब असी शुक्रिया कर सकते हैं। दूसरी गल रही खालसा कॉलेज की गल, प्रिंसिपल साहब के आने तो बाद असी पहला भी म्यूजिक डिपार्टमेंट के फाइन आर्ट डिपार्टमेंट शुरू की सी मगर वो चल रही थी, मगर सर तो आने तो बाद जिदा कह लो कि असी मतलब टॉप गेयर पे गए कला के संबंध में, ये सानू कभी भी किसी मतलब कितने किसी पैसे की लोड़ है कितने किसी इनिशिएटिव लैन की लोड़ है तो सानू कभी भी हिचकिचाना नहीं पिया, बड़ी हल्लाशेरी रही है और वह हल्लाशेरी मैनीफेस्ट होंगी है रोज़ तुम जो कला देख रहे हो वो प्रगट होंगी है। 40 तो वह इतने पेंटिंग्स लगिया हुई साढ़े बच्चों दी और ये बच्चे मैं इतने बच्चों मैं तो एक गल बहुत वही कहाँगा कि इतने जोड़े थोड़े सीनियर आर्टिस्ट आए हुए हैं शहर के उन्होंने थोड़िया पेंटिंग्स देख लिया तो उनके कमियां भी नोट कर लिया तो थोड़े को मौका आ हूँ कि तुम उन्होंने मुफ्त की सलाह लै लो उन्हों का आशीर्वाद लो, यही एक बहुत वधिया मौका है। बाकी लोग आने देखे वो अलग है, वो एक्सपोजर अलग है और मेरे लिए थोड़ा इतने आने का वाला सबब जोड़ा है वो इन्हों को कोई गाइडेंस लैनी है तो शुक्रिया जी, मैं अगर सारे का शुक्रिया करना बच्चों को बधाई दी। सुभाष साहब ने बिल्कुल सही गल कही और सही बढ़िया कि इन्हें एग्जीबिशन का वर्कशॉप का मतलब यह होंगे कि सीनियर आर्टिस्टों को देखा जाए वो किस तरह काम करते हैं और जो अपनी पेंटिंग प्रदर्शन की हुई है तो उन्होंने को पूछा जाएगा कि कमी पेशी है सी फाइन आर्ट कभी भी 2+2=4 नहीं होंगे, इतने सारे बच्चों को हमेशा ही आर्ट होना चाहिए। बहुत सारे पेंटिंग मेरे को भी कई आर्टिस्ट लेके आते हैं भेज रहे हैं कितने सारे गलती की हुई है, पेंटिंग कभी गलती नहीं होती, इतने हमेशा मान के चलो जो तुम बनाता वो ही फाइनल है, अपने आप से कॉन्फिडेंस रखो कि अभी जो बनाता वो फाइनल है, गलती कभी नहीं होती, जो 2+2=4 कभी नहीं होंगे, 2+2 तुम भैन चुपाली कर दो भैन भाई कर दो अपनी मर्जी। सो ताड़िया जोरदार ताड़िया रिक्वेस्ट करा मैं चीज का अज कला प्रदर्शनी दे डिगंटी साढ़े टीचर साहबान बहरों आए कला प्रेमी साढ़े अपने प्यारे विद्यार्थियों सबनों सत श्री अकाल। मैं दहरावा का नहीं जो गल हो गई पर बड़ी खुशी हुई कि जेडे लोग कला फाइन आर्ट्स प्रमोट करने लिए कितना बड़ा अपन जिंदगी का सरमाया ला देंगे ने अपना पूंजी भी ला देंगे है और बदौलत अज असी इस सेंटर च खड़े हैं एक बार उन्होंने सानू तालियां मारनिया इस शहर के इन्नी जगह देनी आर्टिस्टा बहुत वड्डी गल है। जदों आपां अमृतसर की गल करते हैं तो 2-3 गल्लां अमृतसर दियां बहुत बड़े अहम ने, भावें देखो तुहाडे रिश्तेदार कई लोग चंडीगढ़ होणगे पर चंडीगढ़ बैठिया एक दूजे नूं पुछदा कि तू पिछों कित्थों, उस सिटी दियां कोई जड़ां नहीं, अमृतसर दियां जड़ां, अमृतसर एक हिस्टरी आ, अमृतसर का एक इतिहास आ, अमृतसर एक कल्चरल सिटी आ, अमृतसर एक स्पिरिचुअल सिटी आ और अमृतसर एक आर्टिस्टा का मक्का। तुसी बाहर कितें गल करो जिहड़ा थिएटर आ साडा की विरसा विहार आ साडी नाटशाला आ उहदे नाल ही किसी यूनिवर्सिटी च नहीं हैगा पर खालसा कॉलेज का थिएटर ग्रुप आ, इसे तरह ही साडी आर्ट गैलरी आ, साडा अपना डिपार्टमेंट आ के डी कला सेंटर आ। ये मैं बच्चों नूं मुखातब होकर गल कर रहा भी जदों असीं दुनियावी डिग्रियां करते सैंस की अजे कॉमर्स की आ इस तरह फैकल्टी रहे आर्ट्स के सबजैक्ट लैंग्वेज इन्होंने सारे ह्यूमैनिटीज़ कहने
ਜਿਹੜੀਆਂ ਸਥਿਤੀਆਂ ਹਿਊਮਨ ਬੀਂਗ ਨਾਲ ਸੰਬੰਧਿਤ ਨੇ, ਬੰਦੇ ਦੀ ਸੈਂਸੀਬਿਲਟੀ ਨਾਲ ਸੰਬੰਧਿਤ ਨੇ, ਬੰਦੇ ਦੀਆਂ ਇਮੋਸ਼ਨਸ ਦੇ ਨਾਲ ਸੰਬੰਧਿਤ ਨੇ। ਅਤੇ ਬੇਟੇ ਜਿਹੜੀ ਸਾਡੇ ਬਹੁਤ ਸਿਆਣੇ ਲੋਕ ਵਿਦਵਾਨ ਫਿਲੋਸਫਰ ਕਹਿੰਦੇ ਆ ਵੀ ਤਰੱਕੀ ਕੇਵਲ ਚੀਜ਼ਾਂ ਦੀ ਨਹੀਂ ਹੁੰਦੀ, ਤਰੱਕੀ ਬੰਦੇ ਦੀ ਹੁੰਦੀ ਆ, ਬੰਦੇ ਦੀ ਸੈਂਸੀਬਿਲਟੀ ਦੀ ਹੁੰਦੀ ਆ, ਬੰਦੇ ਦੀਆਂ ਇਮੋਸ਼ਨਸ ਦੀ ਹੁੰਦੀ ਆ। ਟ੍ਰੈਂਡ ਹੁੰਦੇ ਨੇ ਉਹਦੀਆਂ, ਮਤਲਬ ਥੀਏਟਰ ਹੋਵੇ, ਉਹਦੀ ਫਾਈਨ ਆਰਟਸ ਹੋਵੇ, ਉਹਦਾ ਲਿਟਰੇਚਰ ਹੋਵੇ, ਇਹਦੇ ਵਿੱਚੋਂ ਉਸ ਮਾਸ਼ਰੇ ਦੀ ਅਮੀਰੀ ਵੇਖੀ ਜਾਂਦੀ ਹੈ। ਇਹ ਦੇਖੋ, ਇਹ ਇਹਦੇ ਵਿੱਚ ਇੱਕ ਸਾਹਿਤਕਾਰੀ ਵੀ ਹੁੰਦੀ ਆ, ਇੱਕ ਤਸਵੀਰਕਸ਼ੀ ਵੀ ਆ, ਇੱਕ ਪੋਰਟਰੇਜ਼ ਵੀ ਆ, ਕਿੰਨਾ ਕੁਝ ਆ ਬੰਦੇ ਦੇ, ਮਤਲਬ ਕਿੰਨੀਆਂ ਆਪਦੀਆਂ ਇਮੋਸ਼ਨਸ ਨੂੰ ਕਿਸ ਤਰੀਕੇ ਨਾਲ ਪ੍ਰਗਟ ਕੀਤਾ ਹੈ। ਤੁਸੀਂ ਮੋਨਾਲਿਜ਼ਾ ਦੀ ਅੱਜ ਵੀ ਉਹਦੇ 'ਤੇ PhD ਦੇ ਥੀਸਿਸ ਹੋ ਗਏ, ਅੱਜ ਵੀ ਉਹ ਮੁਕੰਮਲ ਨਹੀਂ। ਇਹ ਮੈਨੂੰ ਪੜ੍ਹੂੰਗਾ, ਮੈਂ ਆਪਣੀ ਤਰ੍ਹਾਂ ਪੜ੍ਹੂੰਗਾ, ਆਪਣੀ ਤਰ੍ਹਾਂ ਦੇਖੂਗਾ, ਕੋਈ ਹੋਰ ਦੇਖੇਗਾ ਉਹ ਆਪਣੀ ਤਰ੍ਹਾਂ ਵੇਖੇਗਾ। ਇਹ ਪੇਂਟਿੰਗ ਦੀ ਜਿਹੜੀ ਪੜ੍ਹਤਾ ਨਾ, ਲਿਟਰੇਚਰ ਦੀ ਪੜ੍ਹਤਾ, ਤੁਸੀਂ ਵੇਦਾਂ ਦੀ ਪੜ੍ਹਤਾ, ਗੁਰੂ ਗ੍ਰੰਥ ਸਾਹਿਬ ਦੀ ਪੜ੍ਹਤਾ, ਇਹ ਕਦੀ ਮੁਕੰਮਲ ਨਹੀਂ ਹੋ ਸਕਦੀ। ਇਹਦੇ ਅਰਥ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ, ਅਤੇ ਇਹ ਬਹੁਤ ਇਹਦੇ 'ਚ ਡੂੰਘੀਆਂ ਰਮਜਾਂ ਹੁੰਦੀਆਂ ਨੇ। ਅਤੇ ਇਹ ਜਿਹੜਾ ਵਿਦਿਆਰਥੀ ਭਾਵੇਂ ਆਰਟ ਦਾ ਹੋਵੇ, ਫਾਈਨ ਆਰਟਸ ਦਾ ਹੋਵੇ, ਲਿਟਰੇਚਰ ਦਾ ਹੋਵੇ, ਉਹ ਦੂਜਿਆਂ ਤੋਂ ਵੱਖਰਾ ਹੋਵੇ, ਉਹ ਬਿਲਕੁਲ ਹੀ ਦੂਜਿਆਂ ਤੋਂ ਵੱਖਰਾ ਹੁੰਦਾ। ਉਹਦੀ ਸੈਂਸੀਬਿਲਟੀ, ਉਹਦੀ ਸਮਾਜ ਨੂੰ ਵੇਖਣ ਦਾ ਨਜ਼ਰੀਆ, ਉਹਦੀ ਉਹਦੀਆਂ ਭਾਵਨਾਵਾਂ, ਉਹ ਬਿਲਕੁਲ ਹੀ ਲਹਿਦਾ ਹੁੰਦੀਆਂ। ਅਤੇ ਜਿਹੜੀ ਇਹ ਜਿੰਦ ਜਾਨ ਹੁੰਦੀਆਂ ਨੇ ਸੋਸਾਇਟੀ ਦੀਆਂ, ਜੇ ਸਾਡਾ ਆਰਟਿਸਟਿਕ ਅਸਥੈਟਿਕ ਪੱਖ ਨਹੀਂ, ਤਾਂ ਸਮਝੋ ਬੰਦੇ ਦਾ ਅਤੇ ਫਿਰ ਜਾਨਵਰ ਪਸ਼ੂ ਪੰਛੀਆਂ ਦਾ ਕੋਈ ਫਰਕ ਨਹੀਂ ਹੈਗਾ। ਵੀ ਅਸੀਂ ਇਹਦੇ ਰਾਹੀਂ ਕਿੰਨੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ, ਈਵਨ ਸਮੱਸਿਆਵਾਂ ਵੀ ਕਈ ਤੁਹਾਡੇ ਕਰੰਟ ਇਸ਼ੂ ਵੀ ਇਹਦੇ 'ਤੇ, ਬੰਦੇ ਦਾ ਸਟ੍ਰੈਸ, ਬੰਦੇ ਦਾ ਸਾਰਾ ਕੁਝ। ਇਹ ਮੈਂ ਇੱਕ ਅਮੈਰੀਕਾ ਦੀ ਆਧਾਰਤ ਬੜੀ 1930 ਦੇ ਲਾਗੇ ਦੀ ਆ, ਇੱਕ ਉਹ ਅੰਗੂਰਾਂ ਦੀ ਖੇਤੀ, ਉਹ ਕਲਾਸਿਕ ਨਾਵਲ ਸੀਗਾ, ਔਰ ਉਹ ਫਿਰ ਸਾਰੀਆਂ ਭਾਸ਼ਾਵਾਂ ਜਿਹਨੂੰ ਮਤਲਬ ਨੋਬਲ ਪ੍ਰਾਈਜ਼ ਮਿਲ ਜੇ ਸਾਰੀਆਂ ਲੈਂਗੁਏਜ 'ਚ ਹੁੰਦਾ ਹੈ, ਉਸ ਉਹ ਹੈ ਨਾਵਲ ਸੀ, ਉਸ ਨਾਵਲ ਦੇ ਉੱਤੇ ਪ੍ਰਦਰਸ਼ਨੀ ਲਗਾਈ ਗਈ ਵੱਖ ਵੱਖ ਆਰਟਿਸਟਾਂ ਦੀ। ਉਹ ਜਦੋਂ ਕਿਵੇਂ ਜਿਹੜੀ ਅੰਗੂਰਾਂ ਦੀ ਖੇਤੀ ਕਰਨ ਵਾਲੇ ਅਤੇ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਆ ਗਈਆਂ, ਉਹ ਕਿਸ ਤਰ੍ਹਾਂ ਉਹ ਬਾਗ ਉਜੜ ਗਿਆ, ਔਰ ਉਹ ਜਿਹੜੇ ਬਾਗਾਂ ਦੇ ਰਾਖੇ ਬਾਗ ਠੇਕਿਆਂ 'ਤੇ ਲੈਣ ਵਾਲੇ ਸੀ, ਉਹਨਾਂ ਨਾਲ ਕੀ ਬੀਤੀ, ਕਿਵੇਂ ਉਹ ਤੁਰਦੇ ਤੁਰਦੇ ਹੀ ਕਈ ਲੋਕ, ਉਹਨਾਂ ਦੇ ਬਜ਼ੁਰਗ ਰਾਹ 'ਚ ਮਰ ਗਏ, ਬੱਚੇ ਮਰ ਗਏ, ਗਰਮੀ ਦਾ ਮੌਸਮ ਸੈਟਲ ਹੋ ਗਏ। ਔਰ ਉਸ ਨਾਵਲ ਦੀ ਬਹੁਤ ਚਰਚਾ ਹੋਈ, ਔਰ ਉਸ ਤੋਂ ਵੱਡੀ ਚਰਚਾ ਹੋਈ ਜਦੋਂ ਉਹਦੇ ਨਾਵਲ ਦੇ ਉੱਤੇ ਪੇਂਟਿੰਗ ਦੀ ਪ੍ਰਦਰਸ਼ਨੀ ਲੱਗੀ। ਅਤੇ ਉਹ ਪ੍ਰੈਗਨੈਂਟ ਅਮੈਰੀਕਨ ਨੇ ਫਿਰ ਜਦੋਂ ਉਹ ਪ੍ਰਦਰਸ਼ਨੀ ਦੇਖੀ, ਉਹਨੇ ਇੱਕ ਕਮੇਟੀ ਬਣਾਈ, ਉਹਦੇ 'ਚ ਇੰਨਾ ਟੱਚੀ ਤਸਵੀਰਾਂ ਸੀ, ਕਮੇਟੀ ਬਣਾਈ, ਇਹ ਜਿਹੜੇ ਅਮੈਰੀਕਾ 'ਚ ਬਾਗ ਲੈਣ ਵਾਲੇ ਆ, ਇਹ ਆ ਉਹਨਾਂ ਦੇ ਜੀਵਨ ਸਤਰ ਨੂੰ ਉੱਚਾ ਚੱਕਣ ਲਈ, ਜੇ ਬਾਗ ਉੱਜੜ ਜਾਂਦਾ ਹੈ, ਬਾਗ ਮਰ ਜਾਂਦਾ, ਅਤੇ ਉਹਨਾਂ ਲੋਕਾਂ ਦੇ ਕਿਵੇਂ ਬੀਮੇ ਕੀਤੇ ਗਏ। ਇਹ ਮੈਂ ਦੱਸਣਾ ਚਾਹੁੰਦਾ ਹਾਂ ਵੀ ਜਦੋਂ ਕਲਾਕਾਰ ਸਮੱਸਿਆਵਾਂ ਲੋਕਾਂ ਦੇ ਧਿਆਨ 'ਚ ਲਿਆਉਂਦੇ ਆ, ਜਿਹੜੇ ਸੱਤਾਧਾਰੀ ਬਹੁਤੇ ਆਉਂਦੇ ਨਾ, ਸੱਤਾ ਅੰਨੀ ਬੋਲੀ ਹੁੰਦੀ ਆ, ਆਪਾਂ ਇਹਨੂੰ ਵੀ ਆਪਦੀ ਗੱਲ ਸੁਣਾਉਣੀ ਪੈਂਦੀ ਹੈ, ਰੌਲਾ ਪਾ ਕੇ ਨਾਰੇ ਨਾਲ ਵੀ ਸੁਣਾਉਣੀ ਪੈਂਦੀ ਆ, ਉਹ ਲੋਕਾਂ ਦਾ ਅਲੱਗ ਇੱਕ ਐਰਾ ਆ, ਲਲਕਾਰੇ ਨਾਲ ਸੁਣਾਉਣੀ ਪੈਂਦੀ, ਉਹ ਵੀ ਅਲੱਗ ਐਰਾ ਆ, ਪਰ ਲੋਕਾਂ ਦਾ ਇੱਕ ਸੈਂਸੀਬਿਲਟੀ ਨਾਲ, ਇੱਕ ਇਮੋਸ਼ਨਸ ਦੇ ਰਾਹੀਂ ਆਪਣੀ ਗੱਲ ਸੁਣਾਉਣੀ, ਇਹ ਇੱਕ ਆਰਟਿਸਟਾਂ ਦਾ ਕੰਮ ਆ, ਔਰ ਇਹ ਗੱਲ ਦਿਲ ਨੂੰ ਬਹੁਤ ਪਾਉਂਦੀ, ਇਹਦੇ ਜਿੰਨੀ ਕੋਈ ਚੀਜ਼ ਕਾਟ ਨਹੀਂ ਕਰਦੀ ਜਿੰਨੀ ਇਹ। ਅਤੇ ਤੁਸੀਂ ਕਲਾਕਾਰ ਇੱਥੇ ਸਾਰੇ ਬੈਠੇ ਹੋ, ਤੁਹਾਨੂੰ ਬਹੁਤ ਮੁਬਾਰਕਾਂ, ਤੁਹਾਡੀ ਇੱਥੇ ਪੇਂਟਿੰਗ ਪ੍ਰਦਰਸ਼ਨੀ ਲੱਗੀ, ਇਸ ਵੈਲਿਊ ਦਾ ਅਸੀਂ ਸਾਡਾ ਖਾਲਸਾ ਅਕਾਦਮੀ ਨੇ ਲਾਭ ਉਠਾਇਆ, ਬੱਚੇ ਜਿਵੇਂ ਸਰਦਾਰ ਗੁਰਿੰਦਰ ਸਿੰਘ ਦੱਸ ਗਏ ਵੀ ਮੋਹਨ ਸਿੰਘ ਦੀਆਂ ਨਾ ਵੀ ਪੂਰੀ ਸ਼ਹਿਰ ਨੂੰ ਡਰ ਘਾਟੇ ਦਾ ਦਰ ਡਰ ਵੱਧ ਦੀ ਤਾਰੀ, ਰੱਬਾ ਮੇਰੇ ਪਿਆਰ ਦੀ ਮੰਜ਼ਲ ਪੂਰੀ ਕਰਦੀ ਨਾ ਹੋਵੇ। ਘਾਟ ਕੋਈ ਨਹੀਂ ਹੁੰਦੀ, ਪਰ ਕੋਈ ਚੀਜ਼ ਨੂੰ ਮੁਕੰਮਲ ਕਰਦੀ, ਉਹਦੇ ਤੋਂ ਹਮੇਸ਼ਾ ਅੱਗੇ ਤੋਂ ਅੱਗੇ ਤੁਰਦੇ ਰਹੀਦਾ, ਅੱਗੇ ਤੋਂ ਅੱਗੇ ਜਾਂਦੇ ਰਹੀਦਾ। ਇਸ ਕਰਕੇ ਬੱਚਿਓ, ਜਿਹੜੇ ਸੀਨੀਅਰ ਆਰਟਿਸਟ ਆ, ਉਹਨਾਂ ਤੋਂ ਦੇਖੋ, ਸਿੱਖੋ ਉਹਨਾਂ ਤੋਂ,
हर लाइन दे विच जिहड़ी मेहनत आ उह जरूर मतलब रब दा रूप हुंदी आ। वध तों वध मेहनत करो, होर सिखो, अपने आप नूं उन्ना स्ट्रेंथ करोगे तुसीं जिन्ना वध सिखोगे। चीनियां दी कहावत आ कि जिन्ना जिहड़ा बंदा ज़्यादा सफर ते रहिंदा उन्ना ही वध सिखदा। तुसीं गुरु साहिब दीआं उदासियां वेखो, उन्हां किन्ने किन्ने लोकां नाल, की जोगियां सिद्धां नाल, की संतां नाल, की सूफियां नाल किस तरह का संवाद रचाया ते किन्ना कुछ उहदे चों निकलिया। इस तरह तुसीं भी दूजिआं नाल जदों संवाद रचाओगे, देखोगे पैगुआ, तुहानूं आपे पता लग जांदा कि साडी थां कित्थे आ। इहदा बेटे इस कला प्रदर्शनी का पूरा फायदा उठाओ। मैं मेरे कोल भी उन्ने शब्द मैं सामने मेरी आदत आ, मैं किसी की कमी तो कह दिना, पर मेरे तो शोभा जी बड़ी घट दसी जाती शब्द। ये दिल च बहुत सत्कार भी तुसी इहो जिहियां चीज़ां नूं प्रमोट कर रहे हो, तुसी कला नूं प्रमोट कर रहे हो, क्योंकि इहदे विच कोई वणज नहीं हुंदा, कोई कमर्स नहीं हुंदा, ये केवल एक तुहाडी डेडीकेशन हुंदी आ। तुसी कितना इहदे च अपने आप नूं डिवोट करदे हो, कितना कुछ कंट्रीब्यूट करदे हो। ये गल्लां पैसे नाल, ये गल्लां किसी तरह गिणिया नहीं जा सकदियां, पर यह बहुत वड्डी देन आ समाज नूं बैलेंस रखण लई। जिथे इमोशनस मर जाए, सेंसिबिलिटी मर जाए, उत्थे फिर अतवाद पैदा होंगे, उत्थे मनुखता बैलेंस नहीं रही। इस करके जिहड़ा आर्ट आ, आर्टिस्टिक जिहड़ियां रुचियां ने, इहदा बेटा समाज नूं चंगे पासे लाउण लई बहुत वड्डा रोल होंदा। धन्नवाद। देखो के टी कला का ये बहुत वधिया उद्यम आ। ये देखो नवे आर्टिस्टां नूं एक मौका देना और उन्होंने प्रदर्शनी लगनी और उन्होंने कला निखार दे विच योगदान पाउणा एक सिटी दे विच। सब तों पहला मैं अजिहियां शख्सियतां दा दिलों धन्नवाद करदा, ये उन्हां दा बहुत वड्डा उपराला जिहदे ते साडे वड्डे कलाकार, साडे बजुर्ग कलाकार बैठदे आ। नवे कलाकारां नूं इत्थों बहुत कुछ सिखण नूं मिलदा, और कितने एक शहर की भज दौड़ वाली जिंदगी दे विच इह जिहियां थावां दा होना बहुत भी जे कला नहीं, आर्ट नहीं, तो समझो सोसाइटी अधूरी आ, सिटी अधूरा, बंदा भी अधूरा, बंदा भी किसी ना किसी पल जरूर शहर आना हार चुका है। मैं समझदा भी इत्थे साडे बच्चे इत्थे अज प्रदर्शनी भाग लैके इन्हां नूं एक मुकाबले दे विच आके बहुत कुछ सीखण नूं मिलेगा भी असी की हाँ, होर आर्टिस्ट की ने भी ये इस तरह घर तो बाहर निकल के आके जो असं फील्ड में जाने तो एक सा अपना एक कला एग्जाम होता है, वो साडे विद्यार्थी बहुत कुछ सीखने मिलेगा। और नाल ही जो खालसा कॉलेज के बच्चों ने प्रदर्शनी है तो साडे बच्चों को शहर जाणू होएगा, तो खालसा कॉलेज इन्ना मंडे पर वर्क कर रहे हैं, इन्ना मतलब फाइन आर्ट्स के उन्होंने इन्नी महारत, इन्ना अच्छा बच्चे काम कर रहे हैं, क्योंकि बहुत उन्होंने बहुत म्यारी पेंटिंग ने। मैं समझता कि खालसा कॉलेज के बच्चों की काम की एक रेकोगनेशन होगी और उन्होंने अगे इस बहुत अगे ले जाने का मौका मिलेगा। मैं इतने जिहड़े के टी कला वाले जिन्होंने वेन्यू दिता और जिन्होंने सदा तो इस तरह एक्टिविटीज प्रमोट कर रही है उन्होंने तय दिल शुक्रगुजार करता कि ये वेन्यू कलाकार आर्टिस्टा मतलब प्रमोट करने का अपना बड़ा वाला योगदान। धन्यवाद।